ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਨੂੰ ਅਸੀਂ ਬਿਜਲੀ ਦੇ ਬਿੱਲ ਬਾਰੇ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਇਸ ਨੂੰ ਤੁਸੀਂ ਗੂਗਲ ਵਿੱਚ ਚੈੱਕ ਕਰ ਸਕਦੇ ਹੋ ਅਤੇ ਇਸ ਨੂੰ ਬਿੱਲ ਨੂੰ ਭਰ ਵੀ ਸਕਦੇ ਹੋ ਅਤੇ ਇਸ ਦੀਆਂ ਰਸੀਦਾਂ ਵੀ ਦੇਖ ਸਕਦੇ ਹੋ। ਬਿੱਲ ਨੂੰ ਦੇਖਣ ਲਈ ਸਭ ਤੋਂ ਪਹਿਲਾਂ ਗੂਗਲ ਵਿੱਚ ਜਾ ਕੇ ਬਿੱਲ ਪੇਮੈਂਟ PSPCL ਨੂੰ ਓਪਨ ਕਰੋ। ਬਿੱਲ ਪੇਮੈਂਟ PSPL ਜਦੋਂ ਇਹ ਲਿੰਕ ਖੁੱਲ੍ਹ ਜਾਵੇ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਵੇਗਾ। ਇਸ ਉੱਪਰ ਕਲਿੱਕ ਕਰੋ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਆਪਸ਼ਨਾਂ ਆਉਣਗੀਆਂ, ਜਿਵੇਂ ਬਿੱਲ ਪੇ, ਬਿੱਲ ਹਿਸਟਰੀ, ਬਿੱਲ ਅਸੈਪਟ। ਆਪਣਾ ਬਿੱਲ ਭਰਨ ਲਈ ਇੱਥੇ ਆਪਣਾ ਖਾਤਾ ਨੰਬਰ ਟਾਈਪ ਕਰੋ। ਜੇ ਤੁਸੀਂ ਆਪਣੇ ਬਿੱਲ ਦੀ ਰਸੀਦ ਦੇਖਣੀ ਚਾਹੁੰਦੇ ਹੋ ਤਾਂ ਬਿੱਲ ਅਸੈਪਟ ਉੱਪਰ ਜਾ ਕੇ ਆਪਾਂ ਕਲਿੱਕ ਕਰਾਂਗੇ। ਇੱਥੇ ਆਪਾਂ ਪ੍ਰੋਸੀਡ ਕਰਾਂਗੇ ਅਤੇ ਇੱਥੇ ਆਪਾਂ ਆਪਣਾ ਖਾਤਾ ਨੰਬਰ ਭਰਾਂਗੇ। ਜਿਵੇਂ ਮੈਂ ਇੱਥੇ ਆਪਣਾ ਖਾਤਾ ਭਰ ਰਿਹਾ ਹਾਂ 300 622 63 92। ਜਦੋਂ ਮੈਂ ਇਸ ਉੱਪਰ ਕਲਿੱਕ ਕਰਕੇ ਸ਼ੋ ਪੇਮੈਂਟ ਅਸੈਪਟ ਕਰਾਂਗਾ ਤਾਂ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਵੇਗਾ। ਇਸ ਨੂੰ ਆਪਾਂ ਪ੍ਰੋਸੀਡ ਕਰਾਂਗੇ ਅਤੇ ਇੱਥੇ 4 ਡੋਟਸ 'ਤੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਆਪਣੇ ਬਿੱਲ ਦੀ ਰਸੀਦ ਆਪਣੇ ਸਾਹਮਣੇ ਆ ਜਾਵੇਗੀ। ਇਸ ਨੂੰ ਅਸੀਂ PDF ਬਣਾ ਕੇ ਵੀ ਰੱਖ ਸਕਦੇ ਹਾਂ, ਜੇ ਅਕਰ ਆਪਣੇ ਕੋਲ ਪ੍ਰਿੰਟਰ ਹੈ ਤਾਂ ਆਪਾਂ ਇਸ ਨੂੰ ਪ੍ਰਿੰਟ ਵੀ ਕਰ ਸਕਦੇ ਹਾਂ। ਇਸ ਤੋਂ ਬਾਅਦ ਆਪਾਂ ਕਰੋਸ 'ਤੇ ਜਾ ਕੇ ਇਸ ਵਿੰਡੋ ਨੂੰ ਬੰਦ ਕਰ ਦੇਵਾਂਗੇ ਅਤੇ ਆਪਾਂ ਬਿੱਲ ਪੇਮੈਂਟ ਆਪਸ਼ਨ 'ਤੇ ਜਾਵਾਂਗੇ। ਬਿੱਲ ਪੇਮੈਂਟ 'ਤੇ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਵੇਗਾ। ਇੱਥੇ ਆਪਾਂ ਕੋਈ ਖਾਤਾ ਭਰ ਲੈਂਦੇ ਹਾਂ, ਮੰਨ ਲਓ ਆਪਾਂ 300 622 63 85 ਕਰ ਲੈਂਦੇ ਹਾਂ। ਇਹ ਇੱਕ ਅਜਿਹਾ ਖਾਤਾਕਾਰ ਹੈ ਜਿਸ ਨੇ ਹਜੇ ਤੱਕ ਬਿੱਲ ਨਹੀਂ ਭਰਿਆ। ਇਸ ਦੀਆਂ ਡਿਟੇਲਾਂ ਆਪਾਂ ਚੈੱਕ ਕਰਾਂਗੇ ਕਿਉਂਕਿ ਇਹਦੀ ਆਪਾਂ ਪਹਿਲਾਂ ਟਰਾਈ ਕਰ ਚੁੱਕੇ ਹਾਂ, ਇਸ ਲਈ ਇਹ ਅਕਾਊਂਟ ਖੁੱਲ੍ਹ ਨਹੀਂ ਰਿਹਾ। ਇਸ ਲਈ ਆਪਾਂ ਹੋਰ ਅਕਾਊਂਟ ਟਰਾਈ ਕਰਦੇ ਹਾਂ। ਜਿਸ ਤਰ੍ਹਾਂ ਆਹ ਬਿੱਲ ਤੁਹਾਡੇ ਸਾਹਮਣੇ ਆ ਗਿਆ, ਇੱਥੇ ਖਪਤਕਾਰ ਦਾ ਅਕਾਊਂਟ ਨੰਬਰ ਆ ਜਾਂਦਾ ਹੈ, ਇੱਥੇ ਖਪਤਕਾਰ ਦਾ ਨਾਮ ਆ ਜਾਂਦਾ ਹੈ, ਇੱਥੇ ਬਿੱਲ ਭਰਨ ਦੀ ਆਖਰੀ ਮਿਤੀ ਆ ਜਾਂਦੀ ਹੈ ਅਤੇ ਇੱਥੇ ਟੋਟਲ ਅਮਾਊਂਟ ਆ ਜਾਂਦੀ ਹੈ। ਜੇ ਆਪਾਂ ਬਿੱਲ ਭਰਨਾ ਚਾਹੁੰਦੇ ਹਾਂ ਤਾਂ ਆਪਾਂ ਇੱਥੇ ਪੇ ਬਿੱਲ 'ਤੇ ਕਲਿੱਕ ਕਰਾਂਗੇ। ਇੱਥੇ ਤੁਹਾਨੂੰ ਟੋਟਲ ਆਪਦੀ ਅਮਾਊਂਟ ਸ਼ੋ ਹੋਵੇਗੀ। ਇੱਥੇ ਆਪਾਂ ਐਡਵਾਂਸ ਵੀ ਭਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਬਿੱਲ ਡੈਸਕ 'ਤੇ ਕਲਿੱਕ ਕਰਾਂਗੇ। ਇਸ ਤਰ੍ਹਾਂ ਦੀ ਵਿੰਡੋ ਓਪਨ ਹੋਣ ਤੋਂ ਬਾਅਦ ਤੁਹਾਨੂੰ ਬਿੱਲ ਭਰਨ ਲਈ ਕਾਫੀ ਤਰ੍ਹਾਂ ਦੇ ਆਪਸ਼ਨ ਆ ਜਾਣਗੇ, ਜਿਸ ਤਰ੍ਹਾਂ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਅਦਰ ਡੈਬਿਟ ਕਾਰਡ, ਇੰਟਰਨੈਟ ਬੈਂਕਿੰਗ, ਵੈਲਟ, ਕੈਸ਼ ਕਾਰਡ, EMI, QR ਕੋਡ, UPI ਅਤੇ ਫੋਨਪੇ। ਇਹਨਾਂ ਵਿੱਚੋਂ ਅਸੀਂ ਤੁਹਾਨੂੰ ਰਿਕਮੈਂਡ ਕਰਾਂਗੇ ਕਿ ਤੁਸੀਂ ਫੋਨਪੇ ਜਾਂ UPI ਹੀ ਵਰਤੋ। ਜੇਕਰ ਤੁਸੀਂ ਪੇਟੀਐਮ ਵਗੈਰਾ ਯੂਜ਼ ਕਰਦੇ ਹੋ ਤਾਂ ਤੁਸੀਂ ਇੱਥੋਂ QR ਕੋਡ ਆਪਸ਼ਨ ਸਿਲੈਕਟ ਕਰ ਸਕਦੇ ਹੋ। ਉਸ ਤੋਂ ਬਾਅਦ ਮੇਕ ਪੇਮੈਂਟ 'ਤੇ ਕਲਿੱਕ ਕਰੋ, ਟੋਟਲ ਤੁਹਾਡੇ ਕੋਲ ਪ੍ਰੋਸੀਡ ਵਿਦ ਪੇਮੈਂਟ ਕਲਿੱਕ ਕਰੋ। ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਡ ਆ ਜਾਵੇਗਾ, ਇਸ ਨੂੰ ਤੁਸੀਂ ਆਪਦੇ ਪੇਟੀਐਮ ਵਗੈਰਾ ਨਾਲ ਸਕੈਨ ਕਰ ਸਕਦੇ ਹੋ। ਜੇ ਤੁਹਾਡੇ ਕੋਲ ਸਕੈਨ ਆਪਸ਼ਨ ਨਹੀਂ ਹੈ ਤਾਂ ਇੱਥੇ ਤੁਸੀਂ ਆਪਦਾ ਮੋਬਾਈਲ ਨੰਬਰ ਭਰ ਕੇ ਆਪਦੀ UPI ਵੀ ਭਰ ਸਕਦੇ ਹੋ ਅਤੇ ਮੇਕ ਪੇਮੈਂਟ ਕਰ ਸਕਦੇ ਹੋ। ਧੰਨਵਾਦ ਜੀ।